ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ। ਕਿਵੇਂ ਜੀ ਤੁਸੀਂ ਸਾਰੇ? ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ, ਰਾਜੀ ਤੁਸੀਂ ਹੋਵੋਗੇ ਅਤੇ ਅਸੀਂ ਵੀ ਠੀਕ ਠਾਕ ਹਾਂ ਜੀ। ਇਹ ਬਣਾ ਰਹੇ ਹਾਂ ਜੀ ਆਪਾਂ ਘਰ ਦੀਆਂ ਸੇਵੀਆਂ ਦੀ ਮੈਗੀ। ਮਿੱਠੀਆਂ ਸੇਵੀਆਂ ਬੱਚੇ ਨਹੀਂ ਖਾਂਦੇ, ਇਹਨਾਂ ਨੂੰ ਆਪਾਂ ਤੜਕਾ ਲਾ ਲਿਆ, ਪਿਆਜ਼ ਦਾ ਜੀਰਾ ਪਾ ਲਿਆ ਸੀ, ਲੂਣ ਮਿਰਚ ਮਸਾਲੇ ਪਾ ਲਏ ਅਤੇ ਸੌਸ ਪਾਈ ਹੈ ਜੀ, ਟਮਾਟੋ ਸੌਸ ਪਾ ਲਈ ਅਤੇ ਪੀਜ਼ਾ ਪਾਸਤਾ ਸੌਸ ਪਾਈ ਹੈ ਥੋੜ੍ਹੀ ਜੀ। ਘੱਟ 'ਤੇ ਕਰਕੇ ਇਹਨੂੰ ਢੱਕ ਦਿੰਦੇ ਆਪਾਂ 2 ਮਿੰਟ। ਇੱਧਰ ਬਣ ਰਹੀ ਹੈ ਜੀ ਆਪਣੀ ਕੌਫੀ। ਕੌਫੀ ਨੂੰ ਆਪਣੀ ਉਬਾਲੀ ਆ ਰਹੀ ਹੈ, ਘੱਟ 'ਤੇ ਕਰਕੇ ਗੈਸ 2 ਕੁ ਮਿੰਟ ਇਹਨੂੰ ਆਪਾਂ ਰਿੰਨ ਲਾਂਗੇ ਹੋਰ। ਕੌਫੀ ਬਣ ਗਈ ਜੀ, ਗੈਸ ਕਰ ਦਿੰਦੇ ਬੰਦ। ਇੱਧਰ ਆਪਣੀ ਮੈਗੀ ਵੀ ਬਣ ਗਈ ਗੈਸ ਬੰਦ ਕਰਕੇ, 1-2 ਮਿੰਟ ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ। ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜੀ, ਕਲਰ ਵੀ ਬਹੁਤ ਸੋਹਣਾ ਆਇਆ, ਪਰ ਕੈਮਰੇ 'ਚ ਉਹ ਜਿਹਾ ਨਹੀਂ ਆ ਰਿਹਾ। ਹੁਣ ਆਪਾਂ ਇਹਨੂੰ ਪਾ ਲੈਂਦੇ ਹਾਂ ਪਲੇਟਾਂ 'ਚ। ਇਹ ਪਾ ਲਈ ਜੀ ਪਲੇਟਾਂ 'ਚ ਆਪਾਂ। ਮੀਂਹ ਆ ਗਿਆ ਜੀ ਅੱਜ ਫਿਰ ਆਪਣੇ, ਰਾਤ ਦਾ ਟਾਈਮ ਹੈ ਇਹ, ਹਵਾ ਵੀ ਬਹੁਤ ਸੋਹਣੀ ਚੱਲ ਰਹੀ ਹੈ ਜੀ, ਠੰਡੀ ਠੰਡੀ। ਬਹੁਤ ਵਧੀਆ ਮੌਸਮ ਹੋਇਆ ਪਿਆ ਜੀ ਬਾਹਰ, ਠੰਡਾ। ਬਿਜਲੀ ਲਸਕ ਰਹੀ ਹੈ ਜੀ। ਇਹ ਹੁਣ ਸਵੇਰ ਦਾ ਟਾਈਮ ਹੈ ਜੀ, ਇੱਧਰ ਬਣਾ ਰਹੇ ਹਾਂ ਆਪਾਂ ਨਿਊਡਲ ਬੇਟੇ ਦੇ ਟਿਫਨ ਲਈ, ਅਤੇ ਇੱਧਰ ਬਣਾ ਰਹੇ ਹਾਂ ਜੀ ਆਪਾਂ ਮਿੱਠੇ ਚੌਲ। ਅੱਜ ਮੱਥਾ ਟੇਕਣਾ ਗੁੱਗਾ ਨੌਵੀਂ ਦਾ, ਤਾਂ ਕਰਕੇ ਆਪਾਂ ਬਣਾ ਰਹੇ ਹਾਂ ਜੀ। ਚੌਲ ਪਾ ਦਿੱਤੇ ਨੇ ਉਹਦੇ ਵਿੱਚ ਆਪਾਂ, ਖੰਡ ਪਾ ਦਿੱਤੀ, ਘਿਓ ਪਾਣੀ ਸਾਰਾ ਕੁਛ ਪਾ ਦਿੱਤਾ ਜੀ, ਅਤੇ ਰੰਗ ਪਾ ਦਿੱਤਾ ਆਪਾਂ ਪੀਲਾ। ਟਾਈਮ ਥੋੜ੍ਹਾ ਸੀਗਾ ਜੀ, ਜਲਦੀ ਹੈ ਬੇਟੇ ਨੇ ਸਕੂਲ ਜਾਣਾ, ਤਾਂ ਕਰਕੇ ਥੋੜ੍ਹੀ ਵੀਡੀਓ ਬਣਾਈ ਆਪਾਂ। ਇਹ ਨਿਊਟਰੀ ਰੱਖੀ ਹੋਈ ਆ ਉਬਾਲ ਕੇ ਆਪਣੀ, ਨਿਊਟਰੀ ਆਪਣੀ ਬਣ ਕੇ ਤਿਆਰ ਹੈ ਜੀ, ਟਿਫਨ 'ਚ ਪਾ ਦਾਂਗੇ ਥੋੜ੍ਹੀ ਜਿਹੀ ਠੰਡੀ ਹੋਈ ਤੋਂ। ਹੁਣ ਬਣਾਉਣ ਲੱਗਦੇ ਹਾਂ ਜੀ ਆਪਾਂ ਰੋਟੀ। ਮੱਥਾ ਟੇਕ ਆਏ ਆਪਾਂ, ਇਹ ਸੀਗੇ ਆਪਣੇ ਚੌਲ ਬਣੇ ਹੋਏ, ਬਿਲਕੁਲ ਇਕੱਲਾ ਇਕੱਲਾ ਚੌਲ ਬਣੇ ਆ ਜੀ, ਠੰਡੇ ਹੋ ਗਏ ਹੁਣ ਤਾਂ।
ਮੱਥਾ ਟੇਕ ਕੇ ਆਇਆ ਨੂੰ ਵੀ ਆਪਾਂ ਨੂੰ ਘੰਟਾ ਹੋ ਗਿਆ ਅਤੇ ਹਜੇ ਰਸੋਈ 'ਚ ਖਲਾਰਾ ਬਹੁਤ ਹੈ, ਰੋਟੀ ਬਣਾ ਕੇ ਖਾ ਕੇ ਰੋਟੀ ਫਿਰ ਬਾਅਦ ਦੇ ਵਿੱਚ ਸਾਫ਼ ਕਰਾਂਗੇ ਆਪਾਂ। ਇੱਧਰ ਭਾਂਡੇ ਵੀ ਪਏ ਨੇ, ਅੱਜ ਮੱਥਾ ਟੇਕਣ ਜਾਣ ਕਰਕੇ ਲੇਟ ਹੋ ਗਏ ਜੀ, ਅਤੇ ਫਿਰ ਉੱਧਰ ਮੱਝਾਂ ਦਾ ਵੀ ਕਰਨਾ ਹੁੰਦਾ ਤਾਂ ਕਰਕੇ ਟਾਈਮ ਲੱਗ ਜਾਂਦਾ ਜੀ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ, ਤੁਹਾਡੇ ਸਾਥ ਅਤੇ ਸਪੋਰਟ ਦੀ ਜ਼ਰੂਰਤ ਹੈ ਆਪਾਂ ਨੂੰ, ਸਪੋਰਟ ਵੱਧ ਤੋਂ ਵੱਧ ਕਰਿਓ ਜੀ। ਬਹੁਤ ਘਰਾਂ ਨੇ ਅੱਜ ਮੇਲੇ 'ਤੇ ਵੀ ਜਾਣਾ ਹੋਊਗਾ ਜੀ, ਗੁਰਦੁਆਰਾ ਨੌਮੀ ਦਾ ਮੇਲੇ ਕਈ ਪਿੰਡਾਂ 'ਚ ਲੱਗਦੇ ਨੇ ਪਰ ਸਾਡੇ ਪਿੰਡ ਵਿੱਚ ਨਹੀਂ ਲੱਗਦਾ, ਨੇੜੇ ਪਿੰਡਾਂ 'ਚ ਤਾਂ ਲੱਗਦੇ ਨੇ ਜੀ ਸਾਡੇ ਨਹੀਂ ਲੱਗਦਾ। ਰੋਜ਼ ਦੀ ਤਰ੍ਹਾਂ ਮੀਂਹ ਪੈ ਜਾਂਦਾ ਜੀ, ਨਾਲੇ ਫਿਰ ਵੀ ਇੰਨੀ ਗਰਮੀ ਹੈ। ਰੋਟੀਆਂ ਆਪਾਂ ਬਣਾ ਲਈਆਂ ਜੀ, ਰਾਤ ਮੀਂਹ ਫੇਰ ਪਿਆ ਜੀ, ਹਨੇਰੇ ਹੋਏ ਬਹੁਤ ਪਰ ਧੁੱਪ ਐਨ ਤਿੱਖੀ ਨਿਕਲੀ ਹੋਈ ਹੈ ਜੀ, ਗਰਮੀ ਹੋ ਗਈ ਹੈ, ਬਾਹਰ ਤਾਂ ਹਵਾ ਚੱਲਦੀ ਹੈ ਜੀ ਅੰਦਰ ਗਰਮੀ ਵੱਧਦਾ। ਜਿਹੜੇ ਭੈਣ ਭਰਾ ਨਵੇਂ ਆ ਰਹੇ ਸੀ ਆਪਣੀ ਵੀਡੀਓ 'ਤੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ। ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ, ਆਪਣੀ ਵੀਡੀਓ 'ਤੇ ਆਉਂਦੇ ਹੋ, ਵੀਡੀਓ ਦੇਖਦੇ ਹੋ ਅਤੇ ਇੱਕ ਸੋਹਣਾ ਜਿਹਾ ਕਮੈਂਟ ਕਰਦੇ ਹੋ। ਆਪਾਂ ਵੀ ਜੀ ਸਾਰਿਆਂ ਦੀ ਵੀਡੀਓ 'ਤੇ ਜਾਂਦੇ ਹਾਂ ਜੋ ਆਪਾਂ ਨੂੰ ਕਮੈਂਟ ਕਰਦੇ ਨੇ, ਜਿਹੜੇ ਭੈਣ ਭਰਾ ਹੋਰ ਨੇ, ਕਈ ਵਾਰ ਇਹ ਹੁੰਦਾ ਜੀ ਕਮੈਂਟ ਨਹੀਂ ਹੁੰਦਾ, ਕੰਮ ਕਰਦੇ ਰਸੋਈ ਜਿਵੇਂ ਕੋਈ ਕੰਮ ਕਰ ਰਿਹਾ, ਰੋਟੀ ਬਣਾ ਰਿਹਾ, ਵੀਡੀਓ 'ਚ ਲਾ ਕੇ ਰੱਖ ਲੈਂਦੇ ਹਾਂ ਆਪਾਂ, ਵੀਡੀਓ ਚੱਲੀ ਜਾਂਦੀ ਹੈ ਅਤੇ ਕਮੈਂਟ ਨਹੀਂ ਦਿੱਤਾ ਜਾਂਦਾ ਜੀ ਕੰਮ ਕਰਦੇ ਹਾਂ, ਜਾਂ ਜਿਵੇਂ ਕੱਪੜੇ ਧੋ ਰਹੇ ਹਾਂ ਉੱਥੇ ਰੱਖ ਲੈਂਦੇ ਹਾਂ ਚਲਾ ਕੇ, ਵੀਡੀਓ ਜ਼ਰੂਰ ਦੇਖਦੇ ਹਾਂ ਜੀ ਆਪਾਂ ਸਾਰਿਆਂ ਨੂੰ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ।
ਰੋਟੀ ਰੋਟੀਆਂ ਬਣ ਗਈਆਂ ਆਪਣੀਆਂ, ਹੁਣ ਆਪਾਂ ਖਾ ਲਈ। ਅੱਜ ਲੇਟ ਬਹੁਤ ਹੈ ਜੀ, ਮੱਥਾ ਟੇਕਣ ਜਾਣ ਕਰਕੇ ਟਾਈਮ ਲੱਗ ਗਿਆ, ਫਿਰ ਆ ਕੇ ਮੱਝਾਂ ਬੰਨੀਆਂ। ਹੁਣ ਰੋਟੀ ਬਣਾਈ ਹੈ, ਹੁਣ ਖਾਵਾਂਗੇ ਆਪਾਂ। 10:30 ਹੋ ਗਏ ਜੀ, ਟਾਈਮ ਬਹੁਤ ਜ਼ਿਆਦਾ ਹੋ ਗਿਆ। ਇਹ 'ਚ ਆਪਾਂ ਪਾਣੀ ਪਾ ਕੇ ਰੱਖ ਦਿੰਦੇ ਹਾਂ। ਧੁੱਪ ਦੇਖੋ ਜੀ ਬਾਹਰ ਕਿੰਨੀ ਤੇਜ਼ ਹੈ, ਚੜ੍ਹਦੀ ਧੁੱਪ ਆ ਜਾਂਦੀ ਆਪਣੇ ਸਾਰੇ ਵਿਹੜੇ 'ਚ ਜੀ, ਅਤੇ ਬੱਦਲਵਾਈ ਵੀ ਹੈਗੀ ਹੈ ਥੋੜ੍ਹੀ ਥੋੜ੍ਹੀ, ਅੱਜ ਹਵਾ ਚੱਲ ਰਹੀ ਹੈ ਜੀ। ਅੱਜ ਫੁੱਲ ਬਹੁਤ ਜ਼ਿਆਦਾ ਖਿੜੇ ਹੋਏ ਨੇ ਜੀ ਸਾਰੇ। ਇਹ 'ਤੇ ਵੀ ਬਹੁਤ ਖਿੜੇ ਹੋਏ ਨੇ ਜੀ ਅੱਜ ਦੁਪਹਿਰ ਖਿੜੀ 'ਤੇ ਵੀ। ਆਹ ਜਿਹੜੀ ਨਵੀਂ ਦੁਪਹਿਰ ਖਿੜੀ ਲਾਈ ਸੀਗੀ ਜੀ ਆਪਾਂ, ਉਹ 'ਤੇ ਇਹ ਰੰਗ ਦੇ ਫੁੱਲ ਨਿਕਲੇ ਨੇ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ, ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ।